सो हे गाइज वेलकम बैक टू माई यूट्यूब चैनल कि मैं तुम्हें सारे उम्मीद है तुम सारे बहुत वधिया होवोंगे तो गाइज अज असी चले सर तो मैं सोचा कि बहुत टाइम तो आप कोई ब्लॉग नहीं बनाया तो अज आप ब्लॉग बना लें तो असी कौन कौन चले हाँ वो तुम आप अगे चल के सारे नाल मिलाने तो तुम देख सकते हो सरावर सो चुके हैं तो गाइज ऑर्गेनिक गावा अपने घर अमरूद लगे हुए मम्मी ले आए सी ते बाकी आवे मम्मी ने पता नहीं की कुछ पैक कर लिया इधर भी पे समान और असी खा पी रहे हैं। टाइम कितना हो गया नवी 3:48 मिनट 3:48 मिनट हो चुके हैं। गुआवा पार्टी चल रही है आप पहुँच गए रावत सर तो इतने सानू एक शॉप मिली आ थोड़ी जी भुख लगी सी सारे तो असं सोचा क्यों ना कुछ खा पी लीए तो आप आए से अपनी गड्डी फॉर्चूनर तो बाकी एक आ ब्लैक वाली कार है अपनी ठीक है सारे जने आते हैं फिर तुम दिखाने कि असं कौन कौन चलने समोसे कचोरियां खान तो बाद सानू क्रेविंग हुई गोल गप्पियां दी तां असीं तुर पे गोल गप्पियां वल जिवें कि मेरा हाथ फड़िया जा रहा है कितने मैं फोन च लगी कितने सट ना खा लां कित्थे आ गोल गप्पे ओके चलो खाने गोल गप्पे आप खा ले गोल गप्पे काफ़ी स्वाद से यम्मी लगे तिखा पानी सी मिर्ची भी लग गई उतों आए आप रोड क्रॉस करके इतने अपन गड्डिया खड़िया लो जी फिर आ गए आप हम अभी पीवे चाह जोरा खा रहे बर्गर का सारा समान कट आ हल्का जहा खाऊगा बस कल सीजी वाला तुहानू दिखा दें असं कौन कौन आए हैं इतने बैठे ने भाभी हैलो इधर मम्मी हैलो मम्मी जोरा इधर एम्बू हैलो एम्बू एम्बू देखो आइसक्रीम खा रहे तेने पूरे कपड़े गंदे कर ले मासी जी मासड़ जी या ठीक है इधर नवी हुणे ये खा रहे ने बर्गर असी समोसे वगैरह खा ले गोल गप्पे खा ले असी चाह की वेट कर रहे हैं लो जी अपनी चाह भी आ गई देख दें कितना दी तमी फुल चलो जी आप खा पी के चल पे तो गाइस चाह ना जमा पानी पानी जैसे बस मैं एक घुट पीती तो बाकी सारी छड़ती ना खाना लगेगा कोई खाना लगेगा बस बर्ताव
ਤੇ ਗਾਇਸ ਬੱਚਿਆਂ ਨੂੰ ਲੱਗੀ ਸੀ ਭੁੱਖ ਤਾਂ ਅਸੀਂ ਇੱਥੇ ਮਾਰਕੀਟ 'ਚ ਗੱਡੀ ਰੋਕ ਕੇ ਬੱਚਿਆਂ ਲਈ ਓਰੀਓ ਲਏ ਅਤੇ ਚਿਪਸ ਲਏ। ਜ਼ਰਾਵਰ ਨੇ ਤਾਂ ਲੇਜ਼ ਖਾ ਲਏ ਸੀ ਬਟ ਐਂਬਰ ਹਾਲੇ ਵੀ ਬਹੁਤ ਰੋ ਰਹੀ ਸੀ। ਫਿਰ ਅਸੀਂ ਇੱਕ ਸ਼ੌਪ ਤੋਂ ਅੱਗੇ ਜਾ ਕੇ ਬਨਾਨਾ ਬਾਏ ਕੀਤੇ, ਐਂਬਰ ਦਾ ਫੇਵਰੇਟ ਹੈ ਬਨਾਨਾ, ਤਾਂ ਫਿਰ ਐਂਬਰ ਚੁੱਪ ਹੋ ਗਈ ਸੀ। ਐਂਬਰ ਆਪਣੀ ਕਾਰ 'ਚ ਆ ਗਈ ਸੀ ਹੁਣ, ਕਿਉਂਕਿ ਆਪਣੇ ਮੰਮਾ ਨੂੰ ਡਰਾਈਵ ਨਹੀਂ ਕਰਨ ਦੇ ਰਹੀ ਸੀ, ਤਾਂ ਅਸੀਂ ਉਹਨੂੰ ਇੱਧਰ ਫੜ ਲਿਆ ਸੀ। ਦੇਖੋ ਆ ਗਈ ਆਪਣੀ ਦੂਸਰੀ ਕਾਰ, ਇਕੱਠੇ ਜਾ ਰਹੇ ਸੀ ਬਸ ਅਸੀਂ। ਡਰਾਉਣ ਵਾਸਤੇ ਭੂਤਾਂ ਦੀਆਂ ਗੱਲਾਂ ਕਰ ਰਹੇ ਨੇ, ਮੈਂ ਨਾ ਰਿਕਾਰਡ ਨਹੀਂ ਕੀਤਾ, ਇਹਨਾਂ ਨੇ ਇੰਨੀਆਂ ਜ਼ਿਆਦਾ ਡਰਾਉਣੀਆਂ ਗੱਲਾਂ ਕੀਤੀਆਂ ਨਾ ਹੁਣੇ ਹੁਣੇ। ਤੁਸੀਂ ਦੇਖ ਸਕਦੇ ਹੋ ਸਾਰੀਆਂ ਸਾਈਡਸ 'ਤੇ ਪੂਰਾ ਹਨੇਰਾ ਹੈਗਾ, ਸਿਰਫ ਕਾਰ ਦੀਆਂ ਲਾਈਟਸ ਦਾ ਜਿੱਥੋਂ ਤੱਕ ਚਾਨਣਾ ਉੱਥੇ ਹੀ ਚਾਨਣਾ, ਅਤੇ ਮੈਨੂੰ ਨਾ ਬਹੁਤ ਜ਼ਿਆਦਾ ਹੀ ਡਰ ਲੱਗ ਰਿਹਾ, ਬਹੁਤ ਜ਼ਿਆਦਾ। ਸੀਰੀਅਸਲੀ ਮੈਂ ਵਿੱਚ ਵਿੱਚ ਕੈਮਰਾ ਬੰਦ ਕਰ ਰਹੀ ਹਾਂ, ਕਿਉਂਕਿ ਵੀਡੀਓ ਬਹੁਤ ਵੱਡੀ ਬਣ ਰਹੀ ਹੈ। ਇਹਨਾਂ ਨੇ ਡਰਾਉਣ ਦੀ ਕੋਈ ਕਸਰ ਨਹੀਂ ਛੱਡੀ ਹੋਈ। ਸੋ ਗਾਈਜ਼ ਆਪਾਂ ਆਲਮੋਸਟ ਪਹੁੰਚ ਚੁੱਕੇ ਹਾਂ, ਬਸ ਆਪਾਂ ਆਪਣਾ ਜਿਹੜਾ ਹੋਟਲ ਬੁੱਕ ਕੀਤਾ ਹੋਇਆ ਉਹ ਲੱਭ ਰਹੇ ਹਾਂ ਹੁਣ। ਪਹੁੰਚ ਚੁੱਕੇ ਆਪਾਂ, ਹੋਟਲ ਲੱਭੀ ਜਾਂਦੇ ਹਾਂ ਬਸ। ਠੀਕ ਆ, ਮਾਰਕੀਟ ਦੇ ਵਿੱਚ ਹੈ ਪੂਰਾ ਹੋਟਲ ਆਪਣਾ, ਜਿਹੜਾ ਦਿਖਾਉਂਦੇ ਹਾਂ ਤੁਹਾਨੂੰ। ਹਾਂਜੀ, 10:58 ਹੋ ਗਏ ਅਤੇ ਪਹੁੰਚ ਗਏ ਆਪਾਂ, ਗੱਡੀਆਂ ਪਾਰਕ ਕਰਤੀਆਂ ਨੇ ਅਤੇ ਬਸ ਚੱਲਦੇ ਹਾਂ ਫਿਰ। ਐਕਚੁਅਲੀ ਗਾਈਸ, ਇਹ ਹੋਟਲ ਦਾ ਬੈਕ ਏਰੀਆ ਹੈਗਾ ਜਿੱਥੇ ਆਪਾਂ ਕਾਰਸ ਪਾਰਕ ਕੀਤੀਆਂ। ਐਕਚੁਅਲੀ ਅਸੀਂ ਪਹਿਲਾਂ ਮਾਰਕੀਟ ਦੇ ਵਿੱਚ ਚਲੇ ਗਏ ਸੀ, ਉੱਥੇ ਵੀ SVM ਹੋਟਲ ਹੈ। ਐਕਚੁਅਲੀ ਇਸ ਨਾਮ ਦੇ ਇੱਥੇ ਨਾ 3-4 ਹੋਟਲ ਨੇ, ਇਸ ਲਈ ਥੋੜ੍ਹੀ ਕਨਫਿਊਜ਼ਨ ਹੋ ਗਈ ਸੀ, ਤਾਂ ਫਿਰ ਹੁਣ ਆਪਾਂ ਜਿਹੜਾ ਬੁੱਕ ਕੀਤਾ ਹੋਇਆ ਸੀ ਉੱਥੇ ਹੀ ਆ ਗਏ ਹਾਂਗੇ। ਅਤੇ ਗਾਈਜ਼, ਹੁਣ ਚੈੱਕ ਇਨ ਦੀਆਂ ਫੋਰਮੈਲਿਟੀਜ਼ ਕਰਨ ਤੋਂ ਬਾਅਦ ਆਪਾਂ ਚੱਲਾਂਗੇ ਰੂਮ 'ਚ ਅਤੇ ਤੁਹਾਨੂੰ ਦੇਵਾਂਗੇ ਰੂਮ ਟੂਅਰ, ਕਿਉਂਕਿ ਫਿਰ ਜੇ ਤੁਸੀਂ ਵੀ ਕਿਸੇ ਨੇ ਇੱਥੇ ਵਿਜ਼ਿਟ ਕਰਨਾ ਹੋਵੇ ਤਾਂ ਤੁਸੀਂ ਆ ਸਕਦੇ ਹੋ, ਅਤੇ ਇਹ ਹੋਟਲ ਦਾ ਫਰੰਟ ਵਿਊ ਹੈ ਅਤੇ ਰੂਮਸ ਦੀਆਂ ਫੋਟੋਜ਼ ਨੇ। ਅਤੇ ਚਲੋ ਫਿਰ ਗਾਈਜ਼, ਹੁਣ ਅਸੀਂ ਜਾ ਰਹੇ ਹਾਂ ਸਾਡੇ ਰੂਮਸ ਵੱਲ। ਜੇ ਰੂਮ ਟੂਅਰ ਲੈਣਾ ਤਾਂ ਤੁਹਾਨੂੰ ਅਗਲੀ ਵੀਡੀਓ ਦੀ ਵੇਟ ਕਰਨੀ ਪੈਣੀ ਆ। ਬਾਏ ਬਾਏ।